ਬਠਿੰਡਾ ਦੇ ਜੋਗਰ ਪਾਰਕ ਵਿਖੇ ਬਣੀ ਝੀਲ ਦੇ ਵਿਚ ਇਕ ਨੌਜਵਾਨ ਵੱਲੋਂ ਛਾਲ ਮਾਰ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਮੌਕੇ ਦੇ ਉੱਤੇ NDRF ਦੀ ਟੀਮ ਅਤੇ ਸਹਾਰਾ ਜਨ ਸੇਵਾ ਸੰਸਥਾ ਦੇ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸਹਾਰਾ ਜਨ ਸੇਵਾ ਸੰਸਥਾ ਦੇ ਮੈਂਬਰ ਗੁੱਲੀ ਠਾਕੁਰ ਨੇ ਕਿਹਾ ਕਿ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਇਸ ਝੀਲ ਦੇ ਵਿਚ ਜੋ ਕਿ ਜੋਗਰ ਪਾਰਕ ਵਿਚ ਬਣੀ ਹੈ, ਉਸ ਵਿਚ ਇਕ ਨੌਜਵਾਨ ਨੇ ਛਾਲ ਮਾਰ ਲਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਭਾਲ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਲੇਕਿਨ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਸਫਲਤਾ ਨਹੀਂ ਮਿਲੀ। ਅੱਜ ਸਾਡੇ ਪ੍ਰਧਾਨ ਸ਼੍ਰੀ ਵਿਜੇ ਗੋਇਲ ਜੀ ਨੂੰ 98551 33333 ਤੇ ਦੁਪਹਿਰੇ 3 ਵਜੇ ਸੂਚਨਾ ਪ੍ਰਾਪਤ ਹੋਈ ਸੀ ਕਿ 2 ਨੰਬਰ ਝੀਲ ਜੋਗਰ ਪਾਰਕ ਦੇ ਵਿੱਚ ਇੱਕ ਵਿਅਕਤੀ ਛਾਲ ਮਾਰ ਗਿਆ। ਮੌਕੇ ਤੇ ਸਹਾਰਾ ਜਨ ਸੇਵਾ ਟੀਮ ਪਹੁੰਚ ਗਈ ਸੀ, ਬਾਕੀ ਥਰਮਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਸਰ, ਥਰਮਲ ਪੁਲਿਸ ਮੌਕੇ ਤੇ ਆ ਗਈ ਹੈ ਸਰ, ਬਾਕੀ ਹਲੇ ਭਾਲ ਜਾ ਰਹੀ ਹੈ ਸਰ। ਸਰ, 1.5 ਘੰਟਾ ਹੋ ਗਿਆ ਜੀ ਹਲੇ ਫਿਲਹਾਲ। 3 ਵਜੇ ਸਾਨੂੰ ਸੂਚਨਾ ਮਿਲੀ ਸੀ, ਮੌਕੇ ਤੇ ਅਸੀਂ 5 ਮਿੰਟਾਂ 'ਚ ਪਹੁੰਚ ਗਏ ਸਰ, ਹਲੇ ਭਾਲ ਜਾ ਰਹੀ ਹੈ ਜੀ। ਡੈਡ ਬੋਡੀ ਲੱਭੀ ਨਹੀਂ? ਨਹੀਂ, ਡੈਡ ਬੋਡੀ ਹਲੇ ਸਰ। NDRF ਦੀ ਟੀਮ ਵੀ? NDRF ਦੀ ਸਰ, ਇਹਨਾਂ ਨੇ ਥਰਮਲ ਪੁਲਿਸ ਨੇ ਸੂਚਨਾ ਦੇ ਦਿੱਤੀ ਹੈ, ਮੌਕੇ ਤੇ ਆ ਰਹੀ ਹੈ ਜੀ NDRF ਦੀ ਟੀਮ ਜੀ। ਤੁਹਾਡੇ ਕਿੰਨੇ ਬੰਦੇ ਲੱਗੇ ਹੋਏ? ਸਾਡੇ 4 ਮੈਂਬਰ ਲੱਗੇ ਹੋਏ ਆ ਜੀ, 2 ਪਰਲੇ ਪਾਸੋਂ ਹੈ, 2 ਇੱਧਰ ਲੱਗੇ ਹੋਏ ਆ ਜੀ। ਕਿੰਨੀ ਦੇਰ ਤੋਂ ਭਾਲ ਜਾ ਰਹੀ ਸਰ? ਸਰ, ਘੱਟੋ ਘੱਟ 1.5 ਘੰਟੇ ਤੋਂ ਭਾਲ ਜਾ ਰਹੀ ਹੈ ਜੀ। ਕਿੰਨੀ ਕੁ ਡੂੰਘੀ ਹੈਗੀ ਜੀ? ਸਰ, ਇਹ ਘੱਟੋ ਘੱਟ 15-20 ਫੀਟ ਡੂੰਘੀ ਹੈਗੀ ਹੈ ਜੀ, ਕਿਉਂਕਿ ਚਾਰੋਂ ਪਾਸੇ ਦੀ ਸੈਂਟਰ ਬਣਦਾ ਨਾ ਜੀ, ਚਾਰੋਂ ਪਾਸੋਂ ਟਿੱਪਰ ਹੈ ਇਹ। ਥੱਲੇ ਬਹੁਤ ਐਂ ਲਾ ਲਓ ਵੀ ਅਸੀਂ ਕਿੰਨੀਆਂ ਕੁੰਡੀਆਂ ਮਾਰੇ ਸਰ, ਕੋਸ਼ਿਸ਼ ਪੂਰੀ ਕੀਤੀ ਹੈ, ਥੱਲੇ ਝਾੜੀਆਂ ਵਗੈਰਾ, ਗੰਦ ਵਗੈਰਾ ਸਰ, ਬਹੁਤ ਬਹੁਤ ਹੈ। ਸਾਨੂੰ ਥੋੜ੍ਹਾ ਜਿਹਾ ਮੁਸ਼ਕਿਲ ਆ ਰਹੀ ਹੈ, ਪਰ ਜਲਦ ਪਛਾਣ ਹੋਈ ਇਹਦੀ? ਨਹੀਂ ਸਰ, ਪਛਾਣ ਨਹੀਂ ਹੋਈ ਜੀ ਹਲੇ। ਦੱਸ ਦਈਏ NDRF ਦੀ ਟੀਮ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਦੇ ਵੱਲੋਂ ਜਨ ਸੇਵਾ ਸੰਸਥਾ ਦੇ ਮੈਂਬਰਾਂ ਦੇ ਨਾਲ ਮਿਲ ਕੇ ਝੀਲ ਦੇ ਵਿੱਚ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਅਜੇ ਤੱਕ ਪਹਿਚਾਣ ਵੀ ਨਹੀਂ ਹੋ ਪਾਈ ਹੈ। ਜਗਬਾਣੀ TV ਲਈ VK ਬਹਿਲ ਦੀ ਰਿਪੋਰਟ।